सो इंस्टाग्राम ਦੇ ਇਵੈਂਟ ਤੇ ਅਸੀਂ ਆਇਆ ਬੌਨ ਔਨ ਇੰਸਟਾਗ੍ਰਾਮ ਔਰ ਮੇਰੇ ਨਾਲ ਨੇ ਪ੍ਰਭ ਗਿੱਲ ਪ੍ਰਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਕੀ ਹਾਲ ਨੇ ਬਹੁਤ ਵਧੀਆ ਜੀ ਬਹੁਤ ਕਿਰਪਾ ਮਾਲਕ ਦੀ ਹੁਣੇ ਹੀ ਪ੍ਰਭ ਆਪਣੀ ਪਰਫਾਰਮੈਂਸ ਦੇ ਕੇ ਆਏ ਨੇ ਐਂਡ ਬਹੁਤ ਪਿਆਰੇ ਜਿੱਦਾਂ ਅਸੀਂ ਤੁਹਾਡੀ ਆਵਾਜ਼ ਸੁਣਦੇ ਆ ਨਾ ਔਰ ਲਾਈਵ ਸੁਣ ਕੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਸ਼ੁਕਰੀਆ ਜੀ ਤੁਸੀਂ ਸਾਰੇ ਗਾਣਿਆਂ ਨੂੰ ਪਸੰਦ ਕਰਦੇ ਹੋ ਮੈਨੂੰ ਪਸੰਦ ਕਰਦੇ ਹੋ ਮੈਂ ਭਾਗਾ ਵਾਲਾ ਨੇਚਰਲੀ ਥੈਂਕ ਯੂ ਸੋ ਮੱਚ ਇੰਸਟਾਗ੍ਰਾਮ ਅਕਾਊਂਟ ਦੀ ਮਤਲਬ ਆਪਾਂ ਗੱਲ ਕਰੀਏ ਤੁਹਾਡਾ ਮੈਂ ਚੈੱਕ ਕਰ ਰਹੀ ਸੀ ਔਰ ਤੁਸੀਂ ਇੱਕ ਪੋਸਟ ਪਾਈ ਸੀ ਕਿ ਇੰਸਟਾਗ੍ਰਾਮ ਅਕਾਊਂਟ ਤੇ ਕਿੰਨੇ ਮਤਲਬ ਇੱਕ ਪੋਸਟ ਤੇ ਕਿੰਨੇ ਲਾਈਕ ਹੈ ਉਸ ਤੋਂ ਜ਼ਿਆਦਾ ਬਿਹਤਰ ਇਹ ਜਾਣਨਾ ਹੁੰਦਾ ਕਿ ਤੁਹਾਨੂੰ ਕਿੰਨੇ ਬੰਦੇ ਲਾਈਕ ਕਰਦੇ ਹੈ ਨਾ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਮੈਂ ਆਪਣੀ ਉਸੇ ਗੱਲ ਤੇ ਸਟਿਕ ਹਾਂ ਜੀ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਲਾਈਕਸ ਤੁਹਾਡੇ ਫਾਲੋਅਰਸ ਤੁਹਾਡੇ ਸੁਭਾਅ ਦੇ ਬਾਰੇ ਉਹ ਚੀਜ਼ਾਂ ਨਹੀਂ ਦੱਸਦੇ ਸੋ ਨੈਚੁਰਲੀ ਜੇ ਅੱਜ ਮੈਨੂੰ 1 ਲੱਖ ਬੰਦਾ ਫੋਲੋ ਕਰਦਾ ਮਤਲਬ ਲਾਈਕ ਕਰਦਾ ਦੈਟ ਡਜ਼ਨਟ ਮੀਨ ਕਿ ਮੈਨੂੰ ਇਨ ਰੀਅਲ 1 ਲੱਖ ਬੰਦਾ ਲਾਈਕ ਕਰਦਾ ਹੋ ਸਕਦਾ ਕਿ ਮੈਨੂੰ 50,000 ਬੰਦਾ ਲਾਈਕ ਕਰਦਾ ਹੋਵੇ ਸੋ ਮੇਰੇ ਗੱਲ ਕਹਿਣ ਦਾ ਮਤਲਬ ਇਹ ਸੀ ਕਿ ਇਟਸ ਨੋਟ ਜਸਟ ਅਬਾਊਟ ਸੋਸ਼ਲ ਮੀਡੀਆ ਔਰ ਲਾਈਕਸ ਔਰ ਡਿਸਲਾਈਕਸ ਬੰਦੇ ਨੂੰ ਬੰਦਾ ਇਨਸਾਨ ਕਿੱਦਾਂ ਦਾ ਉਹ ਜ਼ਿਆਦਾ ਮੈਟਰ ਕਰਦਾ ਉਹ ਮੇਰੀ ਗੱਲ ਦਾ ਇਹ ਮਤਲਬ ਸੀ ਜੀ ਓਕੇ ਸੋ ਪ੍ਰਭ ਕਿੰਨੇ ਕੁ ਮੈਂ ਜੇ ਤੁਹਾਨੂੰ ਪੁੱਛਿਆ ਕਿ ਕਿੰਨਾ ਕੁ ਖੁਦ ਨੂੰ ਇੰਟਰਸਟ ਹੁੰਦਾ ਇੱਕ ਤਾਂ ਹੁੰਦਾ ਹੈ ਕਿ ਅਸੀਂ ਆਰਟਿਸਟ ਹਾਂ ਅਸੀਂ ਸੈਲੀਬ੍ਰਿਟੀ ਹਾਂ ਸਾਨੂੰ ਸੋਸ਼ਲ ਮੀਡੀਆ 'ਤੇ ਐਕਟਿਵ ਹੋਣਾ ਪੈਂਦਾ ਬਟ ਪਰਸਨਲੀ ਪ੍ਰਭ ਨੂੰ ਕੀ ਐਕਟਿਵ ਹੋਣਾ ਅੱਛਾ ਲੱਗਦਾ ਹੈ ਜ਼ਿਆਦਾ ਕਿ ਹਾਂ ਠੀਕ ਹੈ ਹੁਣ ਪੋਸਟ ਪਾ ਦੀ ਜਾਂ ਪੋਸਟ ਪਾਉਣ ਦਾ ਟਾਈਮ ਹੈਗਾ ਮੈਨੂੰ ਲੱਗਦਾ ਕਿ ਤੁਹਾਨੂੰ ਮੇਰੀਆਂ ਪੋਸਟਸ ਤੋਂ ਜਾਂ ਮੇਰੇ ਤੁਹਾਨੂੰ ਲੱਗ ਜਾਂਦਾ ਹੋਣਾ ਪਤਾ ਕਿ ਮੈਂ ਕਿੰਨਾ ਕੁ ਇੰਟਰਸਟਡ ਹੁੰਦਾ ਪਰ ਹਾਂ ਇਹ ਸਾਡਾ ਪਾਰਟ ਆਫ ਜੋਬ ਬਣ ਗਿਆ ਹੁਣ ਹੈ ਨਾ ਸੋ ਇਹ ਕਰਨਾ ਪੈਂਦਾ ਅਤੇ ਕਈ ਵਾਰੀ ਸੱਚੀ ਦੱਸਾਂ ਕਈ ਚੀਜ਼ਾਂ ਸ਼ੇਅਰ ਕਰਕੇ ਦਿਲੋਂ ਖੁਸ਼ੀ ਹੁੰਦੀ ਹੈ ਕਿ ਕਈ ਚੀਜ਼ਾਂ ਜਿਹੜੀਆਂ ਅਸੀਂ ਸ਼ੇਅਰ ਕਰਦੇ ਹਾਂ ਪਰ ਕਈ ਵਾਰ ਹੁੰਦਾ ਕਿ ਕਈ ਚੀਜ਼ਾਂ ਧੱਕੇ ਨਾਲ ਸ਼ੇਅਰ ਕਰਨੀਆਂ ਪੈਂਦੀਆਂ ਪਰ ਠੀਕ ਹੈ ਉਹ ਕੰਮ ਹੈ ਉਹ ਕਰਨਾ ਜ਼ਰੂਰੀ ਵੀ ਹੈ ਸੋ ਫਾਈਨਲੀ ਜਿੱਦਾਂ ਪ੍ਰਭ ਦੀ ਹੈ ਨਾ ਐਕਸਾਈਟਮੈਂਟ ਹੈਗੀ ਹੈ ਪ੍ਰਭ ਦੀ ਮਿਕਸ 'ਚ ਇੱਕ ਬਟਰਫਲਾਈਜ਼ ਆ ਰਹੀ ਹੈ ਕਿ ਕਿਸ ਤਰ੍ਹਾਂ ਦਾ ਹੈ ਨਾ ਆਡੀਅੰਸ ਦਾ ਕੀ ਰਿਐਕਸ਼ਨ ਹੈਗਾ ਆਡੀਅੰਸ ਬਹੁਤ ਟਾਈਮ ਤੋਂ ਵੇਟ ਕਰ ਰਹੀ ਸੀ ਕਿ ਪ੍ਰਭ ਦੀ ਕਦੋਂ ਮੂਵੀ ਆਏਗੀ ਹੈ ਨਾ ਸੋ ਫਾਈਨਲੀ ਉਹ ਯਾਰਨ ਮੁੱਲੇ ਰਿਟਰਨਸ ਹੈ ਜੋ ਆਏਗੀ ਅੱਛਾ ਜੱਸੀ ਤੁਹਾਡੇ ਬੈਸਟ ਫਰੈਂਡ ਹੈਗੇ ਯਾਰਨ ਯਾਰਾਂ ਦੀ ਜੇ ਮੈਂ ਗੱਲ ਕਰਾਂ ਜੱਸੀ ਵੀ ਇੱਥੇ ਆਏ ਹੋਏ ਸੀਗੇ ਸੋ ਤੁਹਾਡੀ ਮੁਲਾਕਾਤ ਹੋਈ ਉਹਨਾਂ ਦੀ ਇਸ ਇਵੈਂਟ 'ਤੇ ਨਹੀਂ ਬਿਕੋਜ਼ ਉਹ ਸਾਡਾ ਭਰਾ ਬਿਜ਼ੀ ਰਹਿੰਦਾ ਮੈਂ ਜਦੋਂ ਉਹ ਆਇਆ ਤੇ ਮੈਂ ਨਾ ਸੋਰੀ ਜਦੋਂ ਗਿਆ ਮੈਂ ਕੁਦਰਤੀ ਆਇਆ ਸੀਗਾ ਤੇ ਮਿਲ ਨਹੀਂ ਸਕਿਆ ਪਰ ਹੁਣ ਮੈਂ ਰਾਈਟ ਆਫਟਰ ਉਹਦੇ ਕੋਲ ਹੀ ਜਾ ਰਿਹਾ ਸੋ ਅਸੀਂ ਤਾਂ ਘਰੇ ਵੀ ਮਿਲ ਲੈਣਾ ਪ੍ਰਭ ਜਾਂਦੇ ਆਉਂਦੇ ਮੈਂ ਚਾਹੂੰਗੀ ਕਿ ਤੁਸੀਂ ਆਪਣੇ ਗੀਤ ਦੀਆਂ ਹੈ ਨਾ ਵਾਸ ਜੰਜੀ ਹੈ ਨਾ ਤਾਰਿਆਂ ਦੇ ਦੇਸ਼ ਵਾਲੀ ਉਹਦੀ ਦੋ ਲਾਈਨਾਂ ਗਾ ਦਿਓ ਫਿਰ ਆਪਾਂ ਕਲੋਜ਼ਿੰਗ ਵੱਲ ਚੱਲੀਏ ਜੇ ਮੈਂ ਇਹ ਗੀਤ ਨਾ ਗਾ ਕੇ ਇੱਕ ਆਪਣਾ ਫੇਵਰਿਟ ਪਲੀਜ਼ 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 ਸੌਰੀ ਇਹ ਗੀਤ ਮੈਂ ਹਮੇਸ਼ਾ ਗਾਉਂਦਾ ਹੁੰਦਾ ਉਹ ਇਸ ਕਰਕੇ ਕਿ ਮੈਂ ਸਾਰਿਆਂ ਲਈ ਦੁਆ ਕਰਦਾ ਕਿ ਸਾਰੇ ਜੋ ਜੋ ਵੀ ਮੈਨੂੰ ਦੇਖਣ ਵਾਲੇ ਜੋ ਜੋ ਵੀ ਕਰ ਰਹੇ ਨੇ ਜਾਂ ਤੁਸੀਂ ਸਾਰੇ ਜੋ ਵੀ ਕਰ ਰਹੇ ਨੇ ਸਾਰੇ ਸੁੱਖ ਸ਼ਾਂਤੀ ਰਵੇ ਉਹਦੇ ਲਈ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜ਼ਿੰਦਗੀ ਰਹੀ ਹੈ ਗੁਜ਼ਰਦਾ ਤਿਆ ਸ਼ੁਕਰਦਾ ਤਿਆ ਤੇਰਾ ਸ਼ੁਕਰਦਾ ਤਿਆ ਵਾਹ ਪ੍ਰਭ ਥੈਂਕ ਯੂ ਵੈਰੀ ਮੱਚ ਪ੍ਰਭ ਥੈਂਕ ਯੂ ਸੋ ਮੱਚ ਸੋ ਇਹ ਸੰਸਾਰ ਨਾ ਪ੍ਰਭ ਗਿੱਲ ਔਰ ਜਿਵੇਂ ਉਹਨਾਂ ਨੇ ਐਂਡ ਵਿੱਚ ਇੰਨਾ ਪਿਆਰਾ ਜਿਹਾ ਗੀਤ ਗਾਇਆ ਸ਼ੁਕਰਦਾਤਿਆ ਬਿਲਕੁਲ ਸਾਨੂੰ ਜ਼ਿੰਦਗੀ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਨਹੀਂ ਤਾਂ ਕੁਝ ਬੰਦੇ ਅਜਿਹੇ ਵੀ ਹੈਗੇ ਆ ਜੋ ਕਿ ਡਿਸੇਬਲ ਹੁੰਦੇ ਆ ਬਟ ਸਟਿਲ ਉਹ ਲਾਈਫ ਨੂੰ ਜਿਉਂਦੇ ਆ ਸੋ ਜਿਹੜੀ ਤੁਹਾਨੂੰ ਲਾਈਫ ਮਿਲੀ ਹੈ ਪਲੀਜ਼ ਉਸਨੂੰ ਤੁਸੀਂ ਹਮੇਸ਼ਾ ਖੁਸ਼ ਹੋ ਕੇ ਜੀਓ ਸੋ ਇਹਦਾ ਸਾਡੇ ਨਾਲ ਸੀ ਕਿ ਪ੍ਰਭ ਗਿੱਲ ਅਗਲੀ ਵਾਰ ਕਿਸੇ ਹੋਰ ਆਰਟਿਸਟ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੁਹਾਡੇ ਰੂਬਰੂ ਕਰਾਵਾਂਗੇ ਪਰ ਫਿਲਹਾਲ ਮੈਨੂੰ ਯਾਨੀ ਕਿ ਨੇਹਾ ਮਨਹਾਸ ਸਿੰਘ ਤੋਂ ਇਜਾਜ਼ਤ ਸਤਿ ਸ਼੍ਰੀ ਅਕਾਲ एंटरटेनमेंट नाल जुड़ी हर एक खबर लई साडा फेसबुक पेज बॉलीवुड तड़का पंजाबी लाइक करो यूट्यूब चैनल सबसक्राइब करो ते इंस्टाग्राम पेज नू फॉलो करो।